ਸਤਿ ਸ਼੍ਰੀ ਅਕਾਲ ਦੋਸਤੋ, ਜਿਹੜੀ ਕਿਤਾਬ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋ ਇਹਦਾ ਨਾਂ ਹੈ ਗੁਲਿਸਤਾਂ ਬੋਸਤਾਂ। ਇਹ ਕਿਤਾਬ ਲਿਖੀ ਹੋਈ ਹੈ ਸ਼ੇਖ ਸਾਦੀ ਜੀ ਦੀ। ਮੈਂ ਇਹ ਕਿਤਾਬ ਪੜ੍ਹੀ ਅਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਕੁਝ ਇਹਦੇ 'ਚੋਂ ਤਜਰਬਾ ਸਾਂਝਾ ਕਰਾਂ। ਅਤੇ ਜੋ ਇਹਦੇ 'ਚ ਲਿਖਿਆ ਗਿਆ ਬਹੁਤ ਸੱਚੀਆਂ ਗੱਲਾਂ ਲਿਖੀਆਂ ਗਈਆਂ ਨੇ, ਜੋ ਵਾਪਰ ਰਿਹਾ ਆਪਣੇ ਆਲੇ ਦੁਆਲੇ, ਆਪਾਂ ਸੋਚਦੇ ਹਾਂ, ਦੇਖਦੇ ਹਾਂ। ਹਰੇਕ ਟੌਪਿਕ ਨਾਲ, ਹਰੇਕ ਆਪਣੇ ਨਾਲ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨਾਲ ਸੰਬੰਧਿਤ ਇਹਦੇ 'ਚ ਬਹੁਤ ਕੁਛ ਲਿਖਿਆ ਹੋਇਆ। ਹੈਰਾਨੀ ਦੀ ਗੱਲ ਜ਼ਿਆਦਾ ਇਹਦੇ 'ਚ ਇਹ ਹੈ ਕਿ ਜਦੋਂ ਇਹ ਕਿਤਾਬ ਲਿਖੀ ਗਈ ਸਮਾਂ ਕਿਹੜਾ ਸੀ? ਸਮਾਂ ਸੀ ਉਦੋਂ 12ਵੀਂ ਸਦੀ। 12ਵੀਂ ਸਦੀ ਮਤਲਬ ਅੱਜ ਤੋਂ 950 ਸਾਲ ਪਹਿਲਾਂ ਇਹ ਕਿਤਾਬ ਲਿਖੀ ਗਈ। ਜੋ ਕੁਛ ਉਦੋਂ ਵਾਪਰਦਾ ਸੀ, ਜੋ ਵਰਤਾਰੇ ਉਦੋਂ ਸੀ, ਉਹੀ ਅੱਜ ਚੱਲ ਰਹੇ ਨੇ, ਚਾਹੇ ਉਹ ਸਰਕਾਰਾਂ ਹੋਣ, ਭਾਵੇਂ ਉਦੋਂ ਦੇ ਬਾਦਸ਼ਾਹ ਹੋਣ, ਜੋ ਉਦੋਂ ਕਰਦੇ ਸੀ ਉਹ ਲੋਕਾਂ ਨਾਲ, ਤੇ ਪ੍ਰਜਾ ਕਿਵੇਂ ਦੁਖੀ ਸੀ। ਹਰੇਕ ਚੀਜ਼ ਤੇ, ਇਕੱਲੀ ਇਕੱਲੀ ਚੀਜ਼ ਤੇ ਕਹਾਣੀਆਂ ਬਣਾ ਬਣਾ ਕੇ, ਛੋਟੀਆਂ ਛੋਟੀਆਂ ਉਦਾਹਰਨਾਂ ਦੇ ਦੇ ਕੇ ਸਮਝਾਇਆ ਗਿਆ। ਉਹੀ ਕੁਛ ਚੱਲ ਰਿਹਾ ਹੈ ਹੁਣ ਵੀ, ਆਪਾਂ ਦੇਖਦੇ ਹਾਂ। ਭਾਵੇਂ ਇੰਨੀਆਂ ਸਦੀਆਂ ਲੰਘ ਗਈਆਂ, ਤੇ ਸਾਨੂੰ ਇਹ ਮਹਿਸੂਸ ਹੁੰਦਾ ਜੇ ਆਪਾਂ ਇਹ ਕਿਤਾਬ ਪੜ੍ਹਦੇ ਹਾਂ ਤਾਂ ਲੱਗਦਾ ਵੀ ਇਨਸਾਨੀ ਫਿਤਰਤ ਨਹੀਂ ਕਦੇ ਬਦਲਦੀ। ਮੈਨੂੰ ਲੱਗਦਾ ਹੈ ਵੀ ਜੋ ਉਦੋਂ ਚਿੰਤਕ ਸੀ, ਜਿਹੜੇ ਉਹ ਸਮਾਜ ਪ੍ਰਤੀ, ਲੋਕਾਂ ਪ੍ਰਤੀ, ਉਹਨਾਂ ਦੀ ਜਿਹੜੀ ਚੇਤਨਾ ਸੀ ਅੱਜ ਵੀ ਉਹੀ ਹੈ। ਅੱਜ ਲਿਖਣ ਦਾ ਤਰੀਕਾ, ਤੌਰ ਤਰੀਕੇ ਬਦਲ ਗਏ, ਤੇ ਲੁੱਟਣ ਦੇ ਵੀ ਬਦਲ ਗਏ। ਬਾਦਸ਼ਾਹ ਅੱਜ ਵੀ ਲੁੱਟ ਰਹੇ ਨੇ, ਚਿੰਤਕ ਬੁੱਧੀਜੀਵੀ ਅੱਜ ਵੀ ਤੜਫ ਰਹੇ ਨੇ, ਤੇ ਪ੍ਰਜਾ ਵਿਚਾਲੇ ਫਸੀ ਹੋਈ ਹੈ। ਪ੍ਰਜਾ ਨੂੰ ਕੁਛ ਸਮਝ ਨਹੀਂ ਆਉਂਦਾ ਕਿੱਧਰ ਨੂੰ ਜਾਈਏ, ਕੀ ਕਰੀਏ। ਮੇਰਾ ਮਤਲਬ ਇਹੀ ਹੈ ਵੀ ਤੁਸੀਂ ਇਹ ਕਿਤਾਬ ਸ਼ੇਖ ਸਾਦੀ ਦੀ ਲਿਖੀ ਹੋਈ 12ਵੀਂ ਸਦੀ ਦੀ, ਜਿੱਥੋਂ ਵੀ ਕਿਤੋਂ ਤੁਹਾਨੂੰ ਮਿਲਦੀ ਹੈ, ਇੱਕ ਵਾਰ ਲੈ ਕੇ ਪੜ੍ਹਿਓ ਜ਼ਰੂਰ। ਤੁਹਾਨੂੰ ਪਤਾ ਲੱਗੂਗਾ ਕਿ ਜੋ ਕੁਛ ਹੁਣ ਚੱਲ ਰਿਹਾ ਹੈ ਇਹ ਨਵਾਂ ਨਹੀਂ, ਬਹੁਤ ਪੁਰਾਣਾ ਚੱਲਦਾ ਆਇਆ। ਤੇ ਮੈਨੂੰ ਤਾਂ ਇਹ ਲੱਗਦਾ ਵੀ ਚੱਲਦਾ ਵੀ ਇਸੇ ਤਰ੍ਹਾਂ ਰਹਿਣਾ, ਪਰ ਸਾਨੂੰ ਸੋਚਣ ਵਾਸਤੇ ਕਿਤਾਬਾਂ ਮਜਬੂਰ ਕਰ ਦਿੰਦੀਆਂ ਨੇ। ਇਹ ਨਹੀਂ ਕਿ 12ਵੀਂ ਸਦੀ 'ਚ ਇਹ ਕਿਤਾਬ ਲਿਖੀ ਗਈ ਉਦੋਂ ਵੀ ਉਦੋਂ ਹੀ ਸਾਰਾ ਕੁਝ ਸ਼ੁਰੂ ਹੋਇਆ ਸੀ। ਜੋ ਇਹਦੇ 'ਚ ਉਦਾਹਰਨਾਂ ਦਿੱਤੀਆਂ ਨੇ, ਹਾਤਮ ਤਾਈ ਦੀ, ਹੋਰ ਉਦੋਂ ਪਹਿਲਾਂ ਦੇ ਜਿਹੜੇ ਬੁੱਧੀਜੀਵੀ ਸੀ, ਕੋਈ ਦਾਨੀ ਸੱਜਣ ਸੀ, ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਨੇ। ਇਹ ਤੋਂ ਪਤਾ ਲੱਗਦਾ ਵੀ ਲੇਖਕ ਨੇ ਕਿੰਨਾ ਪੜ੍ਹਿਆ ਹੋਊ, ਉਹ ਤੋਂ ਪਹਿਲਾਂ ਵੀ ਕੀ ਕੁਛ ਚੱਲਦਾ ਸੀ। ਤੇ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰਦਾ ਕਿ ਕਿਤਾਬ ਲੈ ਕੇ ਇੱਕ ਵਾਰ ਪੜ੍ਹਨ ਦੀ ਜ਼ਰੂਰ ਖੇਚਲਾ ਕਰੇ। ਧੰਨਵਾਦ।